ਖਾਨਦਾਨ ਤੋਂ ਜਿਹੜੇ ਅਮਲ ਨਾ ਕਰੇ ਕਹਿ ਮੈਂ ਸੱਯਦ ਨੇ ਆ ਰਹੇ ਰਸੂਲ ਨੂਹ ਦਾ ਬੇਟਾ ਕੋਈ ਸੁਣੀ ਨਹੀਂ ਜਾਣੀ ਅੱਲਾਹ ਨੇ ਲੋਕਾਂ ਦਾ ਇਮਾਨ ਅਮਲ ਵੇਖਣਾ ਉਹਨੂੰ ਉਹਦੀ ਨਸਲ ਨਹੀਂ ਫਾਇਦਾ ਦੇ ਸਕੀ ਔਰ ਜਦ ਦਾ ਮਾਨਾ ਗਿਨਾ ਵੀ ਹੈ ਦੌਲਤ ਕੋਈ ਕਰੋੜਪਤੀ ਆਦਮੀ ਕਹਿ ਇਸ ਦੌਲਤ ਨਾਲ ਛੁੱਟ ਜੂੰਗਾ ਪਰਮਾ ਅਤੇ ਲਵ ਨਹੀਂ ਕੰਮ ਆਉਣਾ ਅੱਲਾਹ ਤਾਲਾ ਨੇ ਦੌਲਤਾਂ ਵੇਖਣੀ ਔਰ ਅਜ਼ਮਤ ਔਰ ਸਲਤਨਤ ਵੀ ਹੈ ਕਿ ਕਿੰਨੇ ਇਕਤਦਾਰ ਔਰ ਹਕੂਮਤ ਦਾ ਮਾਲਕ ਆ ਇਹ ਕੋਈ ਚੀਜ਼ਾਂ ਅੱਲਾਹ ਦੇ ਹਾਂ ਨਫ਼ਾ ਨਹੀਂ ਦੇਣਗੀਆਂ ਉੱਥੇ ਸ਼ਾਇਰ ਨੇ ਨਫ਼ਾ ਦੇਣਾ ਅਤੇ ਅਮਲੇ ਸਾਲੇ ਨੇ ਦੇਣਾ ਕੁਰਾਨ ਪਾਕ ਨੇ ਖੋਲ ਖੋਲ ਕੇ ਦੱਸਦਾ ਇਸ ਤੋਂ ਹਜ਼ੂਰ ਅਲੈਹ ਸਲਾਤ ਵਸਲਾਮ ਨੇ ਫਰਮਾਇਆ ਹੱਕੋ ਮਾ ਕਾਲ ਅਬਦ ਵਾ ਕੁੱਲੋ ਨਾ ਕਾਬਦ ਐ ਅੱਲਾਹ ਬੰਦਾ ਜੋ ਕੁਛ ਆਪਣੀ ਜ਼ਬਾਨ 'ਚੋਂ ਆਉਂਦਾ ਉਹਨਾਂ 'ਚੋਂ ਸਾਰਿਆਂ ਤੋਂ ਜ਼ਿਆਦਾ ਸੱਚੀ ਗੱਲ ਇਹ ਹੈ ਪਰ ਅਸੀਂ ਸਾਰੇ ਤੇਰੇ ਹੀ ਗੁਲਾਮ ਔਰ ਬੰਦੇ ਹਾਂ ਇਸ ਤੋਂ ਅਸੀਂ ਵੀ ਇਹ ਕਲਮਾਨ ਹਾਂ ਇਸ ਕਲਮੇ ਨੂੰ ਆਖਿਆ ਸਭ ਤੋਂ ਅੱਛਾ ਅੱਲਾਹ ਮਦਾ ਮਾਨ ਆਲੇ ਮਾ ਤਹਿਤ ਵਲਾ ਮੋਤ ਆਲੇ ਮਾ ਮਨਾਤਾ ਵਲਾ ਜਲਦਿਮਨ ਕੱਢਿਆ ਇਹ ਕੂਹ ਤੋਂ ਬਾਅਦ ਅੱਗੇ ਫਿਰ ਮੁਸਲਿਮ ਸ਼ਰੀਫ ਦੀ ਹਦੀਸ ਹੈ ਬੁਖਾਰੀ ਸ਼ਰੀਫ 'ਚ ਕਿ ਹਜ਼ਰਤ ਮੁਆਵੀਆ ਰਜ਼ੀ ਅੱਲਾਹ ਤਾਲਾ ਨੇ ਆਪਣੇ ਜ਼ਮਾਨੇ 'ਚ ਆਪਣੇ ਹੀ ਗਵਰਨਰ ਨੂੰ ਮਦੀਨਾ ਸ਼ਰੀਫ ਦੇ ਗਵਰਨਰ ਸੀ ਹਜ਼ਰਤ ਮੁਗੀਰਾ ਬਿਨ ਸ਼ੋਭਾ ਰਜ਼ੀ ਉਹ ਪਹਿਲਾਂ ਤਾਂ ਇਸਲਾਮ ਲਿਆਏ ਸੀ ਮੁਗੀਰਾ ਨੂੰ ਇਹ ਲਿਖਿਆ ਕਿ ਮੁਗੀਰਾ ਰਸੂਲਾ ਨਮਾਜ਼ ਤੋਂ ਬਾਅਦ ਜਿਹੜੇ ਕਲਮੇ ਪੜ੍ਹਦੇ ਸੀ ਉਹਨਾਂ 'ਚੋਂ ਕੁਛ ਲਿਖ ਕੇ ਮੈਨੂੰ ਭੇਜ ਉਹਨਾਂ ਫਿਰ ਆਪਣੇ ਕਾਤਮ ਨੂੰ ਬੁਲਾਇਆ ਵਰਰਾਦ ਉਹਦਾ ਨਾਂ ਸੀ ਵਰਰਾਦ ਨੂੰ ਕਿਹਾ ਵੀ ਯਾਰਾ ਲਿਖ ਦੇ ਅਤੇ ਭੇਜ ਦੇ ਉਹਨੂੰ ਕਿ ਅੱਲਾਹ ਦੇ ਰਸੂਲ ਦਾ ਤਰੀਕਾ ਸੀ ਕਿ ਨਬੀ ਅਲੈਹਿ ਸਲਾਮ ਨਮਾਜ਼ ਦੇ ਸਲਾਮ ਤੋਂ ਬਾਅਦ ਕਾਤਾ ਬਲ ਮੁਗੀਰਾ ਤੁਬਨ ਸ਼ੋਭਾ ਮੁਆਵੀਆ ਅੰਨਾ ਰਸੂਲ ਸਲਮ ਕਾਨ ਅਜ਼ਾ ਫਾਰਾਗਾ ਮਿਨ ਅਸਲਾਤ ਵਸਲਮ ਜਦੋਂ ਨਮਾਜ਼ ਤੋਂ ਫਾਰਗ ਹੁੰਦੇ ਸੀ ਸਲਾਮ ਸੀ ਕਾਲਾ ਲਾ ਇਲਾਹਾ ਇਲੱਲਾਹ ਵਹਦਹੁ ਲਾ ਸ਼ਰੀਕ ਲਹੁ ਲਹੁਲ ਮੁਲਕ ਵਲਾ ਔਰ ਹਮਦ ਵਹੁ ਅਲਾ ਕੁੱਲ ਸ਼ੈਅਨ ਕਦੀਰ ਅੱਲਾਹੁਮ ਲਾ ਮਾਨਿਆ ਲਿਮਾ ਅਤੈਤਾ ਵਲਾ ਮੌਤ ਯਾ ਲਿਮਾ ਮਨਾਤਾ ਵਲਾ ਯਨਫਉ ਜ਼ਲ ਜੱਦ ਮਿਨ ਕਜਲ ਉਹ ਰੁਕੂ ਵਾਲੀ ਗੱਲ ਕਿ ਤੂੰ ਦੇਣਾ ਚਾਹੇ ਰੋਕ ਨਹੀਂ ਸਕਦਾ ਅਤੇ ਤੂੰ ਨਾ ਦੇਣਾ ਚਾਹੇ ਤਾਂ ਲਾਰਨ ਦੌਰ ਜਿੱਥੇ ਮਰਜ਼ੀ ਕਿੱਧਰੋਂ ਦੀ ਜ਼ਬਰਦਸਤੀ ਕੰਮ ਕਰਾ ਲੈਣਾ ਅਤੇ ਕਿਸੇ ਅਜ਼ਮਤ ਵਾਲੇ ਨੂੰ ਕਿਸੇ ਸ਼ਾਨ ਵਾਲੇ ਨੂੰ ਉਹਦਾ ਮਰਤਬਾ ਕੋਈ ਫਾਇਦਾ ਨਹੀਂ ਦੇਊਗਾ ਅਮਲ ਪੱਲੇ ਹੋਣਗੇ ਤਾਂ ਜਾਣ ਚੁੱਕੇ ਯਾਨੀ ਨਮਾਜ਼ੋਂ ਬਾਅਦ ਇਹ ਕਲਮਾ ਔਰ ਨਮਾਜ਼ ਦੇ ਅੰਦਰ ਔਰ ਬਾਅਦ 'ਚੋਂ ਬਰਰਾਜ ਹੀ ਦੱਸਦਾ ਹੈ ਹੁਣ ਮਤਾ ਇਮਾਮ ਮਾਲਕ ਕਿ ਹਜ਼ਰਤ ਮੁਆਵੀਆ ਰਜ਼ੀ ਉਹਨਾਂ ਨੇ ਇਹ ਰਸੂਲਾਂ ਤੋਂ ਸੁਣਿਆ ਸੀ ਮਗਰ ਉਹ ਦੂਸਰੇ ਕਰਮੇ ਸੀ ਮਜ਼ਮੂਨ ਇਹੋ ਹੀ ਸੀ ਫਰਮਾਉਂਦੇ ਮਦੀਨਾ ਸ਼ਰੀਫ ਆਏ ਔਰ ਮਦੀਨਾ ਪਾਕ ਮਿੰਬਰੇ ਰਸੂਲ 'ਤੇ ਚੜ੍ਹੇ ਤਾਂ ਉਸ ਵੇਲੇ ਹਜ਼ਰਤ ਮੁਆਵੀਆ ਰਜ਼ੀ ਨੇ ਆਖਿਆ ਕਾਲਾ ਮੁਆਵੀਆ ਤੁਬਨ ਅਬੀ ਸੁਫਿਆਨ ਵਾਹਰ ਅਲ ਮਿੰਬਰ ਮਦੀਨਾ ਸ਼ਰੀਫ ਆ ਸਾਹਬਾ ਬੈਠੇ ਅਯੋ ਅਨਾਸ ਇਨਾ ਉਲਾਮਾਨ ਲਿਮਾਤ ਅੱਲਾ ਇੱਥੇ ਉੱਥੇ ਤੁਸੀਂ ਨਾ ਜਿਹਨੂੰ ਤੂੰ ਦੇਣਾ ਚਾਹੋ ਇੱਥੇ ਗਾਇਬ ਦੇ ਸੀਗੇ ਕਿ ਅੱਲਾਹ ਜਿਸ ਕੋ ਦੇਣਾ ਚਾਹੇ ਕੋਈ ਰੋਕ ਨਹੀਂ ਸਕਦਾ ਵਲਾ ਮੌਤ ਆਲੇ ਮਾ ਮਨ ਅੱਲਾ ਔਰ ਅੱਲਾਹ ਰੋਕ ਦੇ ਕੋਈ ਦੇ ਨਹੀਂ ਸਕਦਾ ਵਲਾ ਯਨਫਜ਼ਲ ਜਦ ਮਿਨ ਜਦ ਅੱਗੇ ਹੋਰ ਵੀ ਟੁਕੜਾ ਹਦੀਸੇ ਪਾਕ ਦਾ ਪੜਿਆ ਮੈਂ ਯੋਰੇ ਲਿਲਾ ਬਖੈਰੀ ਫਕੇ ਉਫ ਦੀਨ ਕਿ ਅੱਲਾਹ ਤਾਲਾ ਜਿਸ ਬੰਦੇ ਨਾਲ ਭਲਾਈ ਦਾ ਇਰਾਦਾ ਕਰਦਾ ਖੁਸ਼ਕਿਸਮਤ ਆਦਮੀ ਹੁੰਦਾ ਉੱਤੇ ਵੱਡਾ ਇਨਾਮ ਇਹ ਹੁੰਦਾ ਕਿ ਉਹਨੂੰ ਦੀਨ ਦੀ ਸਮਝ ਆ ਗਈ ਫਰਮਾਇਆ ਦੀਨ ਦੀ ਸਮਝ ਅੱਲਾਹ ਜਿਹਨੂੰ ਦਿੰਦਾ ਇਹ ਖੈਰ ਆ ਸਭ ਤੋਂ ਬੜੀ ਇਸ ਤੋਂ ਇਲਾਵਾ ਸਭ ਕੁਛ ਵੀ ਲਈ ਫਿਰ ਬੰਦਾ ਕੁਛ ਵੀ ਨਹੀਂ ਉਹ ਖਾਲੀ ਇੱਕ ਅੰਗਾਰ ਹੈ ਸੁਮਾ ਕਾਰਾ ਸਮੇਤ ਹਾਵਲਾਇਲ ਕਰੇ ਮਾਦ ਮੇ ਰਸੂਲ ਸਲਮਲਾ ਹਾਜ਼ਲ ਆਵਾਜ਼ ਇਹ ਸੁਣਾ ਕੇ ਹਜ਼ਰਤ ਮੁਆਵੀਆ ਰਜ਼ੀ ਅੱਲਾਹ ਅਨਹੁ ਆਖਿਆ ਕਿ ਇਹੋ ਹੀ ਲੱਕੜੀਆਂ ਸੀ ਇਸ ਮੈਂਬਰ ਦੀਆਂ ਜਿਹਨਾਂ 'ਤੇ ਅੱਲਾਹ ਦੇ ਰਸੂਲ ਨੂੰ ਖੜਿਆ ਮੈਂ ਹਜ਼ੂਰ ਨੇ ਫਰਮਾਉਂਦਿਆਂ ਸੁਣਿਆ ਅਤੇ ਆਪ ਨੇ ਇਹੋ ਹੀ ਕਰਮੇ ਫਰਮਾਏ ਇਸ ਤੋਂ ਮੇਰੇ ਦੋਸਤੋ ਭਰਾਓ ਕੁਰਾਨ ਨੇ ਕਹਿ ਕਿ ਇਬਰਾਹੀਮ ਵੀ ਕਲਬੇ ਮੁਨੀਬ ਦਾ ਹਾਮਿਲ ਸੀ ਰਸੂਲਾ ਮੰਗਦੇ ਰਹੇ ਅਤੇ ਦਿਨ ਕਿਆਮ ਦੇ ਵੀ ਇਹਦੇ ਨਾਲ ਬੇੜਾ ਪਾਰ ਹੋਣਾ ਕਿ ਦਿਲ ਦੀ ਸੂਈ ਅੱਲਾਹ ਰਵੇ ਦੁੱਖ ਹੋਣ ਸੁੱਖ ਹੋਣ ਕਈ ਸੁੱਖ ਦੇ ਜ਼ਮਾਨੇ 'ਚ ਅੱਲਾਹ ਨੂੰ ਬੜਾ ਯਾਦ ਕਰਦੇ ਦੁੱਖ 'ਚ ਭੁੱਲ ਜਾਂਦੇ ਕਈ ਦੁੱਖ ਚੜਾਟ ਪਾਉਂਦੇ ਆ ਮਸਜਿਦ ਅਮਲ ਦੇ ਤਸਵੀਰ ਦੱਸੋ ਜਦੋਂ ਕੰਮ ਸਿੱਧਾ ਆਉਂਦਾ ਬਸ ਸਹੀ ਆ ਤਾਂ ਨਹੀਂ ਕੁਰਾਨ ਆਉਂਦਾ ਹੋਵੇ ਦਲਿੱਦਰ ਪਾਰ ਹੋ ਗਿਆ ਕੰਮ ਸਾਡਾ ਨਿਕਲ ਗਿਆ ਹੁਣ ਅੱਲਾਹ ਨੂੰ ਕਰਨ ਇਹ ਲਾਨਤੀ ਲੋਕ ਬਿਲਕੁਲ ਇਹਨਾਂ ਦਾ ਕਲਮ ਮੁਨੀਬ ਨਹੀਂ ਨਾ ਅੱਲਾਹ ਦੀ ਤਰਫ ਇਹਨਾਂ ਦਾ ਕੋਈ ਧਿਆਨ ਇਹਨੂੰ ਕੱਖ ਨਹੀਂ ਲੱਭਣਾ ਦੁਨੀਆਂ 'ਚ ਅੱਲਾਹ ਜੋ ਮਰਜ਼ੀ ਨਾ ਮੁਰਾਦਾਂ ਨੂੰ ਦੇ ਇਹ ਦੁਨੀਆਂ ਦੇ ਤਾਲੇ ਤਾਂ ਕੁੱਤੇ ਆ ਮੁਰਦਾਰ ਲੈਣ ਅੱਲਾਹ ਨਹੀਂ ਮਿਲਣ ਅੱਲਾਹ ਮਿਲਣ ਦਾ ਇੱਕੋ ਤਰੀਕਾ ਕਿ ਤੀਰੇ ਦੋਸਤ ਬ ਪਹਿਲੂਏ ਦੋਸਤ ਨਹੀਂ ਆਏ ਖਾਜਾ ਮੁਈਨੁਦੀਨ ਫਰਮਾਉਂਦੇ ਜੇ ਤੀਰ ਵੱਜਾ ਤਾਂ ਕਿਹਦਾ ਵੱਜਾ ਹੈ ਯਾਰ ਦਾ ਹੀ ਵੱਜਾ ਹੀ ਨਾ ਉਹ ਦੁਸ਼ਮਣ ਆ ਤੇਰਾ ਔਰ ਇਸ ਤੋਂ ਅਕਬਰ ਇਲਾਬਾਦੀ ਰਹਿਮਤੁਲਾ ਨੇ ਫਰਮਾਇਆ ਗਮ ਮੈਂ ਵੀ ਗਮ ਮੈਂ ਕਾਨੂੰਨ ਫਿਤਰਤ ਸੇ ਕਭੀ ਬਦਨਾਮ ਨਹੀਂ ਜੋ ਮਰਜ਼ੀ ਮੇਰੇ ਨਾਲ ਹੋਇਆ ਨਾ ਮੈਨੂੰ ਕਦੀ ਗਮ ਔਰ ਪਰੇਸ਼ਾਨੀ ਨਹੀਂ ਹੋਈ ਅਤੇ ਖੁਦਾ ਦੇ ਬਾਰੇ 'ਚ ਗਿਲਾ ਨਹੀਂ ਹੋਇਆ ਮੈਂ ਸਮਝਦਾ ਹਾਂ ਮੇਰਾ ਦੋਸਤ ਹੈ ਉਹ ਦੁਸ਼ਮਣ ਨੇ ਇਮਾਨ ਲੈਣ ਦਾ ਇੱਕੇ ਵਾਰੀ ਅਤੇ ਅੱਲਾਹ ਤਾਲਾ ਮੁਹੱਬਤ ਕਰਨ ਵਾਲਾ ਬੰਦਾ ਇਹ ਵੈਰੀ ਇਹਨਾਂ ਦਾ ਹੈਂ ਉਹ ਯੂਨਾਨ ਦਾ ਦੇਵਤਾ ਅਤੇ ਕੋਹੇ ਰੋਮਪਸ 'ਤੇ ਬੈਠਾ ਔਰ ਤਮਾਸ਼ਾ ਵਹਿੰਦਾ ਦੁਨੀਆਂ ਨੂੰ ਦੁੱਖ ਦਿਓ ਅਤੇ ਤੜਪਣ 'ਤੇ ਜਿਗਣ ਤੋਂ ਮਜ਼ੇ ਲੈਂਦੇ ਦੇਵਤਾ ਇੱਦਾਂ ਦਾ ਨਹੀਂ ਅੱਲਾਹ ਪਾ ਬਹੁਤ ਰਹੀਮ ਆ ਮਿਹਰਬਾਨ ਆ ਮਾਂ ਨਾਲੋਂ ਜ਼ਿਆਦਾ ਪਿਆਰ ਕਰਨ ਵਾਲਾ ਉਹਨੂੰ ਨਹੀਂ ਪਤਾ ਲੱਗਦਾ ਵੀ ਬੰਦਿਆਂ ਨੂੰ ਜਿਹੜਾ ਮੈਂ ਦਿਲ ਦਿੱਤਾ ਕਿੰਨਾ ਦੁੱਖ ਹੁੰਦਾ ਜਦੋਂ ਹਦੀਸੇ ਪਾਕ ਪੜ੍ਹੀਦਾ ਅਤੇ ਬੇਟਾ ਅੱਲਾਹ ਦਾ ਹੁਕਮ ਹੋਇਆ ਫਰਿਸ਼ਤੇ ਆਏ ਬੇਟੇ ਦੀ ਜਾਨ ਲੈ ਗਏ ਐਡੇ ਲਾੜ ਨਾਲ ਪਿਆਰਾ ਪੁੱਤਰ ਮਰ ਗਿਆ ਅੱਲਾਹ ਦੇ ਰਸੂਲ ਅਲੈਹਿ ਸਲਾਮ ਫਰਮਾਉਂਦਾ ਅੱਲਾਹ ਆਪ ਬਿਹਤਰ ਜਾਣਦਾ
ਮਗਰ ਉਹ ਫਰਿਸ਼ਤਿਆਂ ਨੂੰ ਪੁੱਛਦਾ ਕਿ ਤੁਸੀਂ ਮੇਰੇ ਬੰਦੇ ਦੀ ਅੱਖਾਂ ਦਾ ਨੂਰ ਔਰ ਉਹਦੇ ਦਿਲ ਦਾ ਜਿਹੜਾ ਸੀ ਚੈਨ ਉਹ ਛੀਨ ਲਿਆ, ਮੇਰੇ ਬੰਦੇ ਨੇ ਉਸੇ ਕੀ ਕਿਹਾ? ਉਹਨਾਂ ਆਖਿਆ ਅੱਲਾਹ ਸਾਰਾ ਸਦਮਾ ਵੇਖ ਕੇ ਉਹਨੇ ਅਲਹਮਦੁਲਿਲਾ ਕਿਹਾ ਕਿ ਅੱਲਾਹ ਠੀਕ ਕਰ, ਅੱਲਾਹ ਦਾ ਕੋਈ ਕੰਮ ਗਲਤ ਨਹੀਂ। ਤਾਂ ਅੱਲਾਹ ਤਾਲਾ ਫਰਮਾਉਂਦਾ ਫਿਰ ਉਹਦੇ ਜੰਨਤ ਇੱਕ ਮਹੱਲ ਬਣਾ ਦਿਓ ਔਰ ਤੁਸੀਂ ਉਹਦਾ ਨਾਮ ਬੈਤੁਲ ਹਮਦ ਰੱਖ ਲਓ ਕਿ ਉਹਨਾਂ ਨੂੰ ਅਲਾਟ ਕਰੂੰਗਾ ਮੈਂ ਜਿਹੜੇ ਹਰ ਹਰ ਮੇਰੇ ਗੁਣ ਗਾਉਂਦੇ ਰਹੇ। ਅੱਲਾਹ 'ਤੇ ਗਿਲਾ ਕਰੀਏ, ਅਸੀਂ ਕਾਫਰ ਔਰ ਬੇਦੀਨ ਨਹੀਂ ਹੋਏ ਨਾ, ਜਾਂ ਅੱਲਾਹ ਨੂੰ ਸਮਝ ਕੋਈ ਨਹੀਂ, ਜਾਂ ਜ਼ਾਲਮ ਅਤੇ ਬੇਰਹਿਮ ਮੰਨੀਏ ਤਾਂ ਅੱਜ ਇਹ ਗਿਲੇ ਕਰੀਏ। ਯਾਨੀ ਐਡਾ ਪਿਆਰਾ ਨੁਕਤਾ ਹੈ ਤੌਹੀਦ ਅੱਲਾਹ ਦੇ ਰਸੂਲ ਨੇ ਅੰਬੀਆ ਅਲੈਹਿਮ ਸਲਾਮ ਨੇ ਸਿਖਾਇਆ ਵੀ ਜੇ ਆ ਥੋੜ੍ਹਾ ਜਿਹਾ ਜ਼ਰਾ ਵੀ ਦਿਲ 'ਚ ਬਹਿ ਜਾਣਾ ਪੂਰਾ, ਅਤੇ ਜਿਹੜਾ ਲੋਕ ਸਾਰੀ ਉਮਰ ਲਗਾ ਗਏ ਤੌਹੀਦ 'ਤੇ ਪਹੁੰਚਣਾ ਕੋਈ ਆਸਾਨ ਗੱਲ, ਮਗਰ ਇੰਨੀ ਗੱਲ ਵੀ ਦਿਲ 'ਚ ਬਹਿ ਜਾਏ ਅੱਲਾਹ ਤੋਂ ਜ਼ਿਆਦਾ ਦਾਨਾ ਕੋਈ ਨਹੀਂ, ਉਹ ਹਕੀਮ, ਉਹ ਤੋਂ ਜ਼ਿਆਦਾ ਰਹੀਮ ਕੋਈ ਨਹੀਂ, ਉਹ ਤੋਂ ਜ਼ਿਆਦਾ ਕੌਣ ਜਾਣਦਾ ਵੀ ਕਿਸ ਵਕਤ ਕੀ ਕਰਨਾ ਚਾਹੀਦਾ। ਇਬਨ ਕਈਮ ਰਹਿਮਤੁਲਾਹ ਅਲੈਹ ਫਰਮਾਉਂਦੇ ਇੱਕ ਬਜ਼ੁਰਗ ਨੂੰ ਲੋਕਾਂ ਨੇ ਵੇਖਿਆ ਖਾਬ ਦੇ ਅੰਦਰ, ਕਾਫੀ ਮੁੱਦਤ ਹੋ ਗਈ ਸੀ ਮਰੇ, ਉਹਨੂੰ ਪੁੱਛਿਆ ਵੀ ਸੁਣਾ ਤੇਰਾ ਕੀ ਹਾਲ ਹੈ? ਉਹਨੇ ਆਖਿਆ ਯਾਰ ਮੈਂ ਬੜੀ ਇਬਾਦਤ ਕਰਦਾ ਸੀ ਮਗਰ ਇਸ ਗੱਲ 'ਚ 40 ਸਾਲ ਤੋਂ ਖੜਾ ਹੈ, ਅਜੇ ਤੱਕ ਜਵਾਬ ਇਹਦਾ ਮੰਗਿਆ ਜਾ ਰਿਹਾ ਵੀ ਤੂੰ ਆਖਿਆ ਸੀ ਬਾਰਿਸ਼ ਦੇ ਦਿਨ ਹੈ, ਤੂੰ ਇਤਰਾਬ ਕੀਤਾ ਵੀ ਨਹੀਂ ਬਰਨਾ ਚਾਹੀਦਾ ਸੀ, ਅੱਲਾਹ ਨੇ ਗਲਤੀ, ਤੂੰ ਹੀ ਦੁਆ ਮੰਗ ਕਰ ਲਾ ਬਾਰਿਸ਼ ਬਰਸਾਤ, ਤੇਰਾ ਇਹ ਕਲਮਾ ਜਿਹੜਾ ਇਤਰਾਜ਼ 'ਚ ਮਬਣੀ ਹੈ ਕਿ ਦਿਨ 'ਚ ਬਾਰਿਸ਼ ਦੇ ਸੀ ਲੰਘਦੇ ਜਾਂਦੇ, ਅੱਲਾਹ ਤਾਲਾ ਕੋਈ ਸੋਚਦਾ ਹੀ ਨਹੀਂ, ਇਸ 'ਤੇ ਜਵਾਬ ਦੇ, ਤੂੰ ਇਹੋ ਜਿਹਾ ਮੈਨੂੰ ਮੰਨਦਾ ਸੀ, ਇਹ ਨਮਾਜ਼ਾਂ ਰੋਜ਼ੇ ਮੇਰੇ ਕੋਲ ਲੈ ਕੇ ਆ ਗਿਆ, ਜਿਹਨੂੰ ਸਾਰੀ ਉਮਰ ਇਹ ਵੀ ਸਮਝ ਨਾ ਆਈ ਕਿ ਜਿਹੜਾ ਫੇਲ ਉਲ ਹਕੀਮ ਲਾ ਅਖਲੂ ਹਕਮ, ਦਾਨਾ ਬੰਦੇ ਦਾ ਕੰਮ ਹਿਕਮਤ ਤੋਂ ਖਾਲੀ ਹੁੰਦਾ, ਮੇਰੇ ਤੋਂ ਸਿਆਣਾ ਕੋਈ ਹੈਗਾ? ਮੈਂ ਜੋ ਕਰਨਾ ਮੈਨੂੰ ਤੁਸੀਂ ਮਤ ਦੇਣੀ? ਜਹਾਂਦਾਰ ਦਾਨ ਜਹਾਂ ਦਾਸ਼ਤਨ, ਇਸ ਜਹਾਨ ਦਾ ਮਾਲਿਕ ਆ ਬਿਹਤਰ ਜਾਣਦਾ ਕਿ ਦੁਨੀਆ ਨੂੰ ਕਿਵੇਂ ਚਲਾਉਣਾ, ਬੰਦੇ ਦਾ ਕੰਮ ਸਿਰ 'ਚ ਕੌਣ? ਬਸ ਉਹ ਅੱਲਾਹ ਦੇ ਰਸੂਲ ਦੀ ਦੁਆ ਦਰਮਿਆਨ ਜਿਹੜੀ ਪੜ੍ਹੀ ਕਿ ਅੱਲਾਹ ਮੈਂ ਇਸਲਾਮ ਲਾਇਆ, ਮੈਂ ਇਮਾਨ ਲਾਇਆ, ਮੈਂ ਤੁਝ ਪਰ ਤਵੱਕਲ ਕੀਆ, ਮੈਂ ਤੇਰੇ ਆਸਰੇ ਸੇ ਦੁਸ਼ਮਣੋਂ ਸੇ ਜੰਗ ਲੜਤਾ ਹੂੰ, ਔਰ ਹਰ ਵਕਤ ਮੇਰੇ ਦਿਲ ਕਾ ਰੁਖ ਤੇਰੀ ਤਰਫ ਹੈ। ਅੱਲਾਹ ਨਸੀਬ ਕਰੇ। ਵਾਖਿਰ ਦਾਵਨ ਅਲਹਮਦੁਲਿਲਾਹ ਰੱਬਿਲ ਆਲਮੀਨ ਵਸੱਲੱਲਾਹੁ ਤਾਲਾ ਖੈਰ ਖਲਕੀ ਮੁਹੰਮਦ ਵਾਲੀ ਵਸਾਬੇ ਅਜਮੈਨ। ਅੱਲਾਹੁ ਅਕਬਰ, ਬਿਸਮਿਲ੍ਲਾਹ, ਜਜ਼ਾਕੁਮੁਲ੍ਲਾਹ। اجر دے اللہ الحمدللہ وکفا وسلام علی عبادہ الذین اصطفا اما بعد اعلان ہے ماسٹر عابد مسعود صاحب کی طرفوں دو تحریک اسلامی کا اجتماع پرسوں بروز اتوار مورخہ 2/12/7 وقت 9:15 شروع ہوگا احباب شرکت میں 15 دن تو بعد ہوں وقت کٹ کے آ جا کر مہاجرین و متصرین کشمیر کے لیے قربانی کرنے کے خواہش مند رفاقا احباب گائے کے ایک حصے کے لیے 3,000 روپے اور ایک بکرے کے لیے 4,800 روپے میرے پاس جمع کروا سکتے ہیں۔ بالکل یہ لوگ جڑے بیچارے اس حال کے اندر مبتلا کاراں تو جڑے دلدلے نے برباد کیتے، انہاں موقعے تے انہاں نوں یاد کرنا بالکل نیکی، ایتھے بہتے بکرے کرنا۔ تسی ویکھو اللہ دے رسول علیہ السلام مناج 100 اونٹ کیتا، ਮਗਰ ਮਦੀਨੇ ਸ਼ਰੀਫ ਇੰਨੀ ਹਿੰਮਤ ਹੁੰਦਿਆਂ ਵੀ 2 ਬੱਕਰਿਆਂ ਤੋਂ ਵੱਧ ਆਪਨੇ ਕਦੀ ਨਹੀਂ ਕੀਤਾ। ਇਸ ਤੋਂ ਅਦਰਤ ਨਾਲ ਮੈਂ ਕਿਉਂ ਕਰਾਂ ਬੁੱਕ ਐਵੇਂ ਫੈਸ਼ਨ ਲੋਕਾਂ ਨੇ ਬਣਾ ਲਿਆ, ਔਰ ਉਹ ਵੀ ਤਦ ਵੀ ਅੱਲਾਹ ਦੇ ਰਸੂਲ ਇੱਕ ਪਾਸੇ ਆਪਣੀ ਤਰਫੋਂ, ਦੂਜੇ ਪਾਸੇ ਉਮਰ 'ਤੇ ਵੀ ਆਪ ਬਾਪ ਸੀ ਇੱਕ ਕਰਨ ਦੇ ਲਈ, ਵਰਨਾ ਇਹੋ ਹੀ ਸੀ ਅਦਰਤ ਅਬੂ ਜੀ ਅਨਸਾਰੀ ਫਰਮਾਉਂਦੇ। ਹੁਣ ਲੋਕਾਂ ਨੇ ਐਵੇਂ ਫਖਰ ਬਣਾ ਲਿਆ ਵੀ ਇੱਕ ਘਰ 'ਚ 20 ਕੁਰਬਾਨੀਆਂ, ਇੱਕ ਕੁਰਬਾਨੀ ਇੱਕ ਬੱਕਰਾ, ਊਂਟ ਵੀ ਨਾ ਗਏ, ਇੱਕ ਬੱਕਰਾ ਸਾਰੇ ਖਾਨਦਾਨ ਦੀ ਤਰਫੋਂ ਕਾਫੀ ਸਮਝਦੇ ਨੇ, ਭਾਵੇਂ 40 ਹੋਣ ਭਾਵੇਂ 50 ਹੋਣ ਅਤੇ ਵਾਧੂ ਪੈਸੇ ਰੱਬ ਨੇ ਦਿੱਤੇ ਅਤੇ ਇਹੋ ਜਿਹਾ ਨੂੰ ਯਾਦ ਕਰੋ। ਅੱਲਾਹ ਤੌਫੀਕ ਦੇ ਜਿਹੜੇ ਵਿਚਾਰੇ ਨਹੀਂ ਕੁਛ ਵੀ ਗੋਸ਼ਤ ਇਸ ਜ਼ਮਾਨੇ 'ਚ ਖਾ ਸਕਦੇ ਉਹਨਾਂ ਦੀ ਇਮਦਾਦ ਕਰੋ, ਤਾਂ ਮਾਸਟਰ ਸਾਹਿਬ ਕੋਲ ਤੁਸੀਂ ਜਮ੍ਹਾਂ ਕਰਾ ਸਕਦੇ 3,000 ਜਾਂ 4,800 ਰੁਪਇਆ ਕੁਛ ਵੀ ਨਹੀਂ, ਅੱਲਾਹ ਤੌਫੀਕ ਦੇ ਅਤੇ ਇਸ ਮੱਦ 'ਚ ਜਮ੍ਹਾਂ ਕਰਾ ਦਿਓ, ਕਬੂਲ ਫਰਮਾਏ ਅੱਲਾਹ ਪਾਕ। اللهم صل على سيدنا محمد وعلى آل سيدنا محمد وبارك وسلم۔ اللهم اغفر للمؤمنين والمؤمنات والمسلمين والمسلمات الأحياء منهم والأموات، إن الله يأمر بالعدل والإحسان وإيتاء ذي القربى وينهى عن الفحشاء والمنكر والبغي، يا